ਅੱਗੇ ਵੱਧਦੇ ਹਾਂ। ਕੈਨੇਡਾ ਦੇ ਵਿੱਚ ਇੱਕ ਭਾਸ਼ਾ ਹਿੰਦੀ ਇੱਕ ਰਾਸ਼ਟਰ ਅਤੇ ਇੱਕ ਸੱਭਿਆਚਾਰ ਦੀ ਹਮਾਇਤ ਕਰਨ ਨੂੰ ਲੈ ਕੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਵਿਰੋਧ ਹੋ ਰਿਹਾ। ਦੱਸ ਦਈਏ ਕਿ ਜਲੰਧਰ ਵਿਖੇ ਸਿੱਖ ਤਾਲਮੇਲ ਕਮੇਟੀ ਵੱਲੋਂ ਮਾਨ ਦੇ ਖਿਲਾਫ਼ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਅਤੇ ਉਹਨਾਂ ਤੋਂ ਮਾਫ਼ੀ ਮੰਗਣ ਦੀ ਮੰਗ ਕੀਤੀ ਗਈ। ਗੁਰਦਾਸ ਮਾਨ ਮੁਰਦਾਬਾਦ ਦੇ ਨਾਰੇ ਲਾ ਰਹੇ ਲੋਕ ਕੈਨੇਡਾ 'ਚ ਗੁਰਦਾਸ ਮਾਨ ਵੱਲੋਂ ਦਿੱਤੇ ਗਏ ਬਿਆਨ ਤੋਂ ਨਾਰਾਜ਼ ਨੇ। ਦਰਅਸਲ ਕੈਨੇਡਾ 'ਚ ਇੱਕ ਸ਼ੋਅ ਦੇ ਦੌਰਾਨ ਪੰਜਾਬੀ ਗਾਇਕ ਗੁਰਦਾਸ ਮਾਨ ਇੱਕ ਭਾਸ਼ਾ ਹਿੰਦੀ ਇੱਕ ਰਾਸ਼ਟਰ ਅਤੇ ਇੱਕ ਸੱਭਿਆਚਾਰ ਦੇ ਹੱਕ 'ਚ ਬੋਲਦੇ ਨਜ਼ਰ ਆਏ। ਉਹਨਾਂ ਨੇ ਕਿਹਾ ਸੀ ਕਿ ਹਿੰਦੁਸਤਾਨ ਦੀ ਇੱਕ ਭਾਸ਼ਾ ਹੋਣੀ ਗਲਤ ਨਹੀਂ ਹੈ, ਜੇਕਰ ਹਿੰਦੀ ਸੁਣੀ ਜਾ ਸਕਦੀ ਹੈ ਤਾਂ ਪੜ੍ਹਨ ਵਿੱਚ ਕੀ ਹਰਜ਼ ਹੈ। ਜਿਹੜੇ ਕੰਮ ਕਰਨ ਵਾਲੇ ਬੰਦੇ ਆ, ਜਿਹੜੇ ਲਗਨ ਨਾਲ ਜੁੜੇ ਹੋਏ ਆ, ਜਿਹਨਾਂ ਦਾ ਮਕਸਦ ਇਹ ਹੈ ਕਿ ਇਸ ਨੂੰ ਹੋਰ ਉੱਚਾ ਚੁੱਕਣਾ, ਆਪਣੀ ਮਾਂ ਬੋਲੀ ਨੂੰ ਜਾਂ ਆਪਣੇ ਕਲਚਰ ਨੂੰ, ਉਹ ਆਪਣੇ ਤਰੀਕੇ ਨਾਲ ਲੱਗੇ ਰਹਿੰਦੇ ਆ। ਮਗਰ ਹੁਣ ਜਿਹੜੇ ਹਰ ਸ਼ਬਦ ਜਿਹੜਾ ਹੁਣ ਸਾਡਾ ਸਾਰਿਆਂ ਦਾ ਸਾਂਝਾ ਬਣ ਗਿਆ ਕਿ ਹਿੰਦੀ ਦੀ ਗੱਲ ਚੱਲ ਰਹੀ ਹੈ ਕਿ ਹਿੰਦੀ ਹੋਣੀ ਚਾਹੀਦੀ ਹੈ, ਮੈਂ ਕਹਿੰਦਾ ਹਿੰਦੁਸਤਾਨੀ ਹੋਣੀ ਚਾਹੀਦੀ ਹੈ, ਜਿਹਦੇ 'ਚ ਉਰਦੂ ਵੀ ਹੋਵੇ, ਜਿਹਦੇ 'ਚ ਪੰਜਾਬੀ ਵੀ ਹੋਵੇ, ਸਾਰੇ ਅੱਖਰ ਜਿਹੜੇ ਸਾਂਝੇ ਹੈ ਉਹ ਸ਼ਾਮਿਲ ਹੋ ਜਾਣ 'ਤੇ ਮੇਰਾ ਖਿਆਲ ਇਹਦੇ 'ਚ ਕੋਈ ਬੁਰੀ ਗੱਲ ਨਹੀਂ, ਕਿਉਂਕਿ ਲੋਕ ਹਿੰਦੀ ਫਿਲਮਾਂ ਵੀ ਦੇਖਦੇ ਹੈ, ਹਿੰਦੀ ਗਾਣੇ ਵੀ ਸੁਣਦੇ ਹਾਂ ਅਸੀਂ ਰੋਜ਼। ਜੇ ਤੁਸੀਂ ਉਹ ਹਿੰਦੀ ਸੁਣ ਸਕਦੇ ਹੋ ਤਾਂ ਹਿੰਦੀ ਪੜ੍ਹ ਵੀ ਸਕਦੇ ਹੋ ਬਾਬਾ ਜੀ, ਤੁਸੀਂ ਲਿਖ ਵੀ ਸਕਦੇ ਹੋ, ਬਿਲਕੁਲ ਤੁਹਾਨੂੰ ਪੜ੍ਹਨੀ ਚਾਹੀਦੀ, ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ। ਮਾਨ ਵੱਲੋਂ ਦਿੱਤੇ ਗਏ ਇਸ ਬਿਆਨ ਨੇ ਪੰਜਾਬੀਆਂ ਦਾ ਪਾਰਾ 7ਵੇਂ ਅਸਮਾਨ 'ਤੇ ਚੜ੍ਹਾ ਦਿੱਤਾ। ਜਲੰਧਰ ਵਿਖੇ ਤਾਲਮੇਲ ਕਮੇਟੀ ਨੇ ਕਈ ਜਥੇਬੰਦੀਆਂ ਦੇ ਨਾਲ ਮਿਲ ਕੇ ਗੁਰਦਾਸ ਮਾਨ ਦਾ ਪੁਰਜ਼ੋਰ ਵਿਰੋਧ ਕੀਤਾ। ਮਾਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਤਲਾ ਵੀ ਫੂਕਿਆ ਗਿਆ। ਇੰਨਾ ਹੀ ਨਹੀਂ, ਲੋਕਾਂ ਵੱਲੋਂ ਗੁਰਦਾਸ ਮਾਨ ਨੂੰ ਪੰਜਾਬੀ ਬੋਲੀ ਦਾ ਗੱਦਾਰ ਵੀ ਕਰਾਰ ਦਿੱਤਾ ਗਿਆ। ਹੰਕਾਰ ਔਰ ਹੋਮੇ ਉਹ ਐਡੀ ਕੁ ਹਾਵੀ ਹੋ ਗਈ ਕਿ ਜਿਹੜਾ ਕਿ ਉਹ ਆਪਣੀ ਜੋ ਉਹ ਪੰਜਾਬੀਅਤ ਦੀ ਪਹਿਰੇਦਾਰੀ ਕਰਨ ਵਾਲਾ ਬੰਦਾ, ਜੇ ਅੱਜ ਅਸੀਂ ਇਹ ਸਾਰੇ ਵੀਰ ਜਿੰਨੇ ਵੀ ਅਸੀਂ ਖੜ੍ਹੇ ਹਾਂ, ਜੇ ਅਸੀਂ ਉਸ ਪੰਜਾਬੀਅਤ ਦੇ ਪਹਿਰੇਦਾਰ ਹਾਂ, ਅਤੇ ਉਹ ਵੀ ਇੱਕ ਉਹ ਸ਼ਖਸ ਸੀ ਜਿਹੜਾ ਇਸ ਪੰਜਾਬੀਅਤ ਦੀ ਪਹਿਰੇਦਾਰੀ ਕਰਨ ਵਾਲਿਆਂ ਦੇ ਵਿੱਚੋਂ ਸੀ। ਉਹ ਬਹੁਤ ਮੰਦਭਾਗੇ ਜਿਹੜੇ ਲਫ਼ਜ਼ ਆ ਜਿਹੜੇ ਅੱਜ ਉਹ ਆਪਣੇ ਮੂੰਹ ਤੋਂ ਬੋਲ ਰਿਹਾ, ਉਹਦੇ ਵਾਸਤੇ ਉਹਨੂੰ ਸ਼ੋਭਾ ਨਹੀਂ ਦਿੰਦੇ। ਉਹਨੂੰ ਅਪੀਲ ਕਰਦੇ ਹਾਂ ਵੀ ਉਹ ਆਪਣੀ ਇਹਨਾਂ ਕਹੇ ਹੋਏ ਲਫ਼ਜ਼ਾਂ ਨੂੰ ਵਾਪਸ ਲਵੇ ਔਰ ਪੰਜਾਬੀਅਤ ਦੇ ਕੋਲੋਂ, ਪੰਜਾਬੀਆਂ ਕੋਲੋਂ ਇਸ ਗੱਲ ਦੀ ਮਾਫ਼ੀ ਮੰਗ ਲਏ, ਤਾਂ ਇਸ ਗੱਲ ਦਾ ਕੋਈ ਨਿਬੇੜਾ ਹੋ ਸਕਦਾ ਹੈ, ਨਹੀਂ ਤਾਂ ਇਹ ਰੋਸ ਜਿਹੜਾ ਉਹਨੂੰ ਪੂਰੇ ਵਰਲਡ ਦੇ ਵਿੱਚ ਉਹ ਪੰਜਾਬੀਆਂ ਦਾ ਜਿਹੜਾ ਰੋਸ ਆ ਉਹਨੂੰ ਫੇਸ ਕਰਨਾ ਪਏਗਾ। ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗੁਰਦਾਸ ਮਾਨ ਵਿਵਾਦਾਂ ਵਿੱਚ ਘਿਰੇ ਹੋਏ ਨੇ। ਉਂਝ ਤਾਂ ਮਾਨ ਨੇ ਹਿੰਦੁਸਤਾਨ ਦੀ ਇੱਕ ਭਾਸ਼ਾ ਹੋਣ ਦੀ ਹਮਾਇਤ ਕੀਤੀ ਸੀ, ਪਰ ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਨਾ ਤਾਂ ਮੋਦੀ ਸਰਕਾਰ ਦਾ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਨਾਰਾ ਪਸੰਦ ਆਇਆ ਅਤੇ ਨਾ ਹੀ ਗੁਰਦਾਸ ਮਾਨ ਵੱਲੋਂ ਦਿੱਤਾ ਗਿਆ ਬਿਆਨ। ਹੁਣ ਮਾਨ ਦਾ ਇਸ ਵਿਰੋਧ 'ਤੇ ਕੀ ਕਹਿਣਾ ਹੋਵੇਗਾ ਇਹ ਵੇਖਣਾ ਦਿਲਚਸਪ ਹੋਵੇਗਾ। ਜਲੰਧਰ ਤੋਂ ਰਤਨਾਕਰ ਮਿਸ਼ਰਾ ਦੀ ਰਿਪੋਰਟ, ਇੰਡੀਆ ਨਿਊਜ਼ ਪੰਜਾਬ।